ਬਾਬਾ ਜੀ ਦੀ ਪਿਆਰੀ ਸਤਕਾਰਯੋਗ ਸੰਗਤ ਜੀ ਰਾਧਾ ਸੁਮੀ ਵੀਰਵਾਰ ਦੇ ਲੋਕਲ ਸੈਂਟਰ ਸਤਸੰਗ ਦੇ ਵਿੱਚ ਪਾਠੀ ਜੀ ਨੇ ਕਿਹਾ ਕਿ ਕਿਸੇ ਦੇ ਘਰ ਖਾਲੀ ਹੱਤ ਜਾਂਦਿਆਂ ਚੰਗਾ ਨਹੀਂ ਲੱਗਦਾ ਇਸ ਕਰਕੇ ਪਰਮਾਤਮਾ ਦੇ ਘਰ ਜਾਂ ਤੋ ਪਹਿਲਾਂ ਅਸੀਂ ਦੁਆਵਾਂ ਅੱਛੇ ਕਰਮਾਂ ਦੀ ਪੂੰਜੀ ਦੁਆਵਾਂ ਦੀ ਪੂੰਜੀ ਅਧਿ ਭਜਨ ਸਿਮਰਨ ਦਾ ਜਿਆਦਾ ਤੋਂ ਜਿਆਦਾ ਫਰੂਟ ਪਰਮਾਤਮਾ ਦੇ ਘਰ ਲੈ ਕੇ ਜਾਣਾ ਹੈ ਅਸੀਂ ਕਿਸੇ ਦੁਨਿਆਵੀ ਪਰਸਨ ਨੂੰ ਵੀ ਮਿਲਣ ਜਾਣਾ ਹੋਵੇ ਤੇ ਨਾਲ ਕੁਛ ਨਾ ਕੁਛ ਲੈ ਕੇ ਜਾਂਦੇ ਹਾਂ ਤੇ ਅਸੀਂ 70 80 ਸਾਲ ਦੀ ਇਸ ਜੀਵਨ ਯਾਤਰਾ ਨੂੰ ਪੂਰੀ ਕਰਕੇ ਜਦੋਂ ਪਰਮਾਤਮਾ ਦੇ ਘਰ ਜਾਣਾ ਹੈ ਤੇ ਦੁਆਵਾਂ ਦੀ ਪੂੰਜੀ ਅੱਛੇ ਕਰਮਾਂ ਦੀ ਪੂੰਜੀ ਤੇ ਭਜਨ ਸਿਮਰਨ ਦਾ ਫਰੂਟ ਨਾਲ ਲੈ ਕੇ ਜਾਣਾ ਹੈ ਕਿਉਂਕਿ ਖਾਲੀ ਹੱਥ ਜਾਂਦਿਆਂ ਚੰਗਾ ਨਹੀਂ ਲੱਗਦਾ ਦੇਖੋ ਕਿੰਨਾ ਅੱਛਾ ਪੁਆਇੰਟ ਹੈ ਕਿ ਅਸੀਂ ਸ਼ਰਮਿੰਦੇ ਨਹੀਂ ਹੋਣਾ ਕਿਉਂਕਿ ਸਤਗੁਰੂ ਸਾਡੇ ਸਾਰਥੀ ਹਨ ਜਿਨ੍ਹਾਂ ਦੇ ਨਾਲ ਅਸੀਂ ਪ੍ਰਮਾਤਮਾ ਦੇ ਘਰ ਜਾਣਾ ਹੈ ਤੇ ਇਸ ਕਰਕੇ ਅਸੀਂ ਭਜਨ ਸਿਮਰਨ ਦਾ ਜਿਆਦਾ ਤੋਂ ਜਿਆਦਾ ਫਰੂਟ ਆਪਣੇ ਸਾਰਥੀ ਸਤਿਗੁਰੂ ਨੂੰ ਨਾਲ ਲੈ ਕੇ ਪਰਮਾਤਮਾ ਦੇ ਘਰ ਜਾਣਾ ਹੈ ਇਹ ਪੁਆਇੰਟ ਇਹਦਾ ਅੱਛਾ ਹੈ ਕਿ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ ਉਹ ਪਾਠੀ ਜੀ ਨੇ ਇਹ ਵੀ ਕਿਹਾ ਕਿ ਇੱਕ ਸਿਮਰਨ ਦੀ ਗੋਲਕ ਲਾਓ ਜਿੰਦੇ ਵਿੱਚ 2 ਮਿੰਟ 5 ਮਿੰਟ 10 ਮਿੰਟ ਸਿਮਰਨ ਪਾਓ ਜਿਸ ਤਰ੍ਹਾਂ ਅਸੀਂ ਗੋਲਕ ਦੇ ਵਿੱਚ ਕੁਆਇਨਸ ਪਾਉਂਦੇ ਹਾਂ ਤੇ ਕੁਆਇਨਸ ਕਾਫੀ ਪੈਸਿਆਂ ਵਿੱਚ ਕਨਵਰਟ ਹੋ ਜਾਂਦੇ ਹਨ ਇਸੇ ਤਰ੍ਹਾਂ 2 ਮਿੰਟ 5 ਮਿੰਟ 10 ਮਿੰਟ ਦਾ ਸਿਮਰਨ ਗੋਲਕ ਵਿੱਚ ਪਾਓ ਕਦੀ ਵੀ ਮਿਸਿੰਗ ਸ਼ਬਦ ਨਹੀਂ ਹੋਣਾ ਚਾਹੀਦਾ ਕਿ ਅੱਜ ਭਜਨ ਸਿਮਰਨ ਮਿਸ ਹੋ ਗਿਆ ਚਾਹੀ 2 ਮਿੰਟ 5 ਮਿੰਟ 10 ਮਿੰਟ ਦਾ ਭਜਨ ਸਿਮਰਨ ਹੀ ਆਪਣੀ ਗੋਲਕ ਦੇ ਵਿੱਚ ਪਾਓ ਨਹੀਂ ਕਦੀ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਅੱਜ ਸਾਰਾ ਦਿਨ ਮੈਂ ਭਜਨ ਸਿਮਰਨ ਕੀਤਾ ਹੀ ਨਹੀਂ ਗੋਲਕ ਦੀ ਵਿੱਚ ਭਜਨ ਸਿਮਰਨ ਦਾ ਕੋਇਨ ਪਾਇਆ ਹੀ ਨਹੀਂ ਬਾਬਾ ਜੀ ਦੀ ਪਿਆਰੀ ਸਤਕਾਰਯੋਗ ਸੰਗਤ ਜੀ ਇਸ ਪੁਆਇੰਟ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਹੈ ਔਰ ਜਿਆਦਾ ਤੋਂ ਜਿਆਦਾ ਸੰਗਤ ਤੱਕ ਇਹਨਾਂ ਪੁਆਇੰਟਸ ਨੂੰ ਸ਼ੇਅਰ ਕਰਨਾ ਹੈ ਔਰ ਘਰ ਬੈਠ ਕੇ ਆਪਣੀ ਇਸ ਡਿਜੀਟਲ ਸੇਵਾ ਨੂੰ ਪੂਰਾ ਕਰਨਾ ਹੈ ਔਰ ਬਾਬਾ ਜੀ ਦੇ ਇਸ ਪਿਆਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਤਕਾਰਪਾਟ ਕੀ ਆਪਣੀ ਡਿਜੀਟਲ ਸੇਵਾ ਨੂੰ ਪੂਰਾ ਕਰਨਾ ਹੈ ਬਾਬਾ ਜੀ ਦੀ ਪਿਆਰੀ ਸਤਕਾਰਯੋਗ ਸੰਗਤ ਜੀ ਰਾਧਾ ਸਵਾਮੀ